ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਾਮਨੀਤ ਕਿਚਨ। ਅੱਜ ਸਾਡੇ ਘਰ ਆ ਰਹੇ ਆ ਜੀ ਗੈਸਟ, ਗੈਸਟ ਮਤਲਬ ਕਿ ਮੇਰਾ ਬ੍ਰਦਰ ਹੀ ਆ ਰਿਹਾ ਅਤੇ ਮੇਰਾ ਛੋਟਾ ਜਿਹਾ ਭਤੀਜਾ ਹੈ 5 ਸਾਲ ਦਾ, ਅਤੇ ਮੈਂ ਉਹਨੂੰ ਪੁੱਛਿਆ ਕਿ ਉਹ ਸਵੇਰ ਦੇ ਟਾਈਮ ਹੀ ਆ ਜਾਣਗੇ, ਬ੍ਰੇਕਫਾਸਟ ਜਿਹੜਾ ਸਾਡੇ ਕੋਲ ਕਰਨਗੇ, ਅਤੇ ਮੈਂ ਉਹਨੂੰ ਪੁੱਛਿਆ ਕੀ ਖਾਓਗੇ ਤੁਸੀਂ, ਤਾਂ ਕਹਿੰਦਾ ਭੁਜੀ ਮੈਂ ਖਾਵਾਂਗਾ ਛੋਲੇ ਪੂਰੀਆਂ, ਅਤੇ ਸੋ ਇਸ ਲਈ ਅਸੀਂ ਉਹਨਾਂ ਲਈ ਛੋਲੇ ਪੂਰੀਆਂ ਤਿਆਰ ਕਰ ਰਹੇ ਹਾਂ। ਇਹ ਛੋਲੇ ਜਿਹੜੇ ਆ ਮੈਂ ਰਾਤ ਦੇ ਜਿਹੜੇ ਭਿਉਂ ਕੇ ਰੱਖ ਲਏ ਸੀ ਪਾਣੀ ਦੇ ਵਿੱਚ, ਅਤੇ ਇਹ ਮੈਂ ਜਿਹੜਾ ਆ ਬਿਨਾਂ ਆਇਲ ਤੋਂ ਬਣਾਵਾਂਗੇ, ਇਹਦੇ 'ਚ ਮੈਂ ਇੱਕ ਵੀ ਡਰੋਪ ਜਿਹੜਾ ਆਇਲ ਦਾ ਨਹੀਂ ਪਾਉਂਗੀ, ਅਤੇ ਨਾ ਹੀ ਮੈਂ ਇਹਨਾਂ ਨੂੰ ਪਹਿਲਾਂ ਬੋਇਲ ਕੀਤਾ। ਬਹੁਤ ਹੀ ਈਜ਼ੀ ਤਰੀਕਾ ਆ ਅਤੇ ਹੈਲਦੀ ਵੀ ਆ। ਇਹ ਮੈਂ ਪਾਣੀ 'ਚ ਜਿਹੜੇ ਛੋਲੇ ਭਿਉਂ ਸੀ ਰਾਤ ਦੇ, ਹੁਣ ਮੈਂ ਕੁੱਕਰ ਦੇ ਵਿੱਚ ਪਾ ਰਹੀ ਹਾਂ, ਅਤੇ ਇਹ ਪਾਣੀ ਵੀ ਜਿਹੜਾ ਆ ਰਾਤ ਦਾ ਵਾਲਾ ਜਿਹੜਾ ਆ ਉਹ ਮੈਂ ਵਿੱਚ ਹੀ ਪਾ ਦਾਂਗੀ। ਸਾਰੇ ਅਸੀਂ ਛੋਲੇ ਐਡ ਕਰ ਲਾਂਗੇ। ਪਾਣੀ ਦੇਖ ਲਓ ਮੈਂ ਨਾਲ ਹੀ ਵਿੱਚ ਪਾਤਾ ਸਾਰਾ। ਇਸ ਤੋਂ ਬਾਅਦ ਮੈਂ ਅਦਰਕ, ਟਮਾਟਰ, ਲਸਣ ਅਤੇ ਹਰੀ ਮਿਰਚ ਸਾਰਾ ਕੁਛ ਜਿਹੜਾ ਇਕੱਠਾ ਹੀ ਅਸੀਂ ਗ੍ਰਾਇੰਡ ਕਰ ਲਿਆ ਸੀ ਇਹ ਮੈਂ ਪਾ ਦਾਂਗੀ। ਤੁਸੀਂ ਧਿਆਨ ਰੱਖਿਓ ਕਿ ਮੈਂ ਇੱਕ ਵੀ ਡਰੋਪ ਜਿਹੜਾ ਆ ਆਇਲ ਦਾ ਨਹੀਂ ਪਾਇਆ, ਦੇਖ ਸਕਦੇ ਜੇ। ਹੁਣ ਜਿਹੜੇ ਪਿਆਜ਼ ਸੀ ਉਹ ਵੀ ਅਸੀਂ ਗ੍ਰੇਟ ਕਰਕੇ ਰੱਖੇ ਸੀ, ਗ੍ਰਾਇੰਡ ਕਰਕੇ ਉਹ ਅਸੀਂ ਪਾ ਲਏ ਸਾਰੇ। 4-5 ਪਿਆਜ਼ ਸੀ ਵੱਡੇ ਮੇਰੇ ਕੋਲ, ਕਿਉਂਕਿ ਛੋਲੇ ਜ਼ਿਆਦਾ ਆ ਅਤੇ ਪਿਆਜ਼ ਵੀ ਜ਼ਿਆਦਾ ਹੀ ਪੈਣਗੇ ਵਿੱਚ। ਇਹਦੇ 'ਚ ਮੈਂ ਹੁਣ ਪਾਣੀ ਥੋੜ੍ਹਾ ਜਿਹਾ ਹੋਰ ਐਡ ਕਰ ਦਿੱਤਾ ਹੈ, ਅਤੇ 2 ਚਮਚ ਨਮਕ ਦੇ ਪਾ ਦਿੱਤੇ ਆ, 2 ਚਮਚ ਹੀ ਮੈਂ ਹਲਦੀ ਦੇ ਪਾਵਾਂਗੇ ਕਿਉਂਕਿ ਚਨੇ ਕਾਫੀ ਜ਼ਿਆਦਾ ਨੇ। 1/2 ਚਮਚ ਮੈਂ ਜਿਹੜਾ ਆ 1 ਚਮਚ ਜੀਰਾ, 1/2 ਚਮਚ ਪਾਵਾਂਗੀ ਮੈਂ ਲਾਲ ਮਿਰਚ। ਇਹਦੇ 'ਚ ਦੇਖ ਲਓ ਤੁਸੀਂ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਇਹ ਬਣ ਗਏ ਹੁੰਦੇ ਆ, ਪਰ ਅਜੇ ਤਾਂ ਮੈਂ ਗੈਸ 'ਤੇ ਵੀ ਨਹੀਂ ਰੱਖੇ। ਪਾਣੀ ਥੋੜ੍ਹਾ ਜਿਹਾ ਮੈਂ ਹੋਰ ਐਡ ਕਰ ਦਾਂਗੀ ਜਿਸ 'ਚ ਪ੍ਰੋਪਰ ਡਿਪ ਹੋ ਜਾਣ, ਅਤੇ ਹੁਣ ਅਸੀਂ ਇਹਨੂੰ ਜਿਹੜਾ ਆ ਘੱਟੋ ਘੱਟ 5 ਜਾਂ 6 ਵਿਸਲਾਂ ਤੱਕ ਆਉਣ ਤੱਕ ਪਕਾਵਾਂਗੇ, ਕਿਉਂਕਿ ਇਹਨਾਂ ਨੂੰ ਮੈਂ ਪਹਿਲਾਂ ਬੋਇਲ ਨਹੀਂ ਕੀਤਾ ਹੋਇਆ, ਮੈਂ ਸਿੱਧਾ ਹੀ ਸਾਰਾ ਮਸਾਲਾ ਪਾ ਕੇ ਅਤੇ ਇਸ ਤਰ੍ਹਾਂ ਹੀ ਇਹਨੂੰ ਜਿਹੜਾ ਆ ਪਕਾ ਰਹੀ ਹਾਂ। ਹੁਣ ਅਸੀਂ ਗੈਸ ਔਨ ਕਰ ਲਾਂਗੇ, ਅਤੇ ਇਹਨੂੰ ਅਸੀਂ ਰੱਖ ਦਿੱਤਾ, ਕੁੱਕਰ ਨੂੰ ਉੱਪਰ ਰੱਖਤਾ ਗੈਸ 'ਤੇ। ਨਾਲ ਹੀ ਮੈਂ ਜਿਹੜੀ ਇਮਲੀ ਦੀ ਚਟਨੀ ਜਿਹੜੀ ਬਣਾ ਰਹੀ ਹਾਂ, ਜਿੰਨੀ ਦੇਰ ਛੋਲੇ ਬਣਦੇ ਆ ਅਤੇ ਇਹ ਜਿਹੜੀ ਚਟਨੀ ਤਿਆਰ ਹੋ ਜਾਏਗੀ, ਇਹ ਇਮਲੀ ਮੈਂ ਰਾਤ ਦੀ ਭਿਉਂ ਕੇ ਰੱਖੀ ਸੀ, ਅਤੇ ਇਹਨੂੰ ਹੁਣ ਅਸੀਂ ਛਾਣ ਲਾਂਗੇ। ਇਹਦਾ ਪਲਪ ਸਾਰਾ ਮੈਂ ਕੱਢ ਲਾਂਗੀ ਹੱਥ ਦੇ ਨਾਲ, ਮਸਲ ਕੇ ਥੋੜ੍ਹਾ ਪਾਣੀ ਪਾ ਕੇ ਚੰਗੀ ਤਰ੍ਹਾਂ। ਇਹ ਚੰਗੀ ਤਰ੍ਹਾਂ ਮੈਂ ਮਸਲ ਲਾਂਗੀ ਇਸ ਤਰ੍ਹਾਂ। ਥੋੜ੍ਹਾ ਪਾਣੀ ਐਡ ਕੀਤਾ, ਲਓ ਜੀ ਸਾਰਾ ਮੈਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਸਲ ਕੇ ਜਿਹੜਾ ਇਹਦਾ ਇਮਲੀ ਦਾ ਪਾਣੀ ਬਣਾ ਲਿਆ। ਇਹਦੇ 'ਚ ਮੈਂ 1/2 ਚਮਚ ਨਮਕ ਪਾਇਆ ਆ, ਅੱਧਾ ਚਮਚ ਮੈਂ ਖੰਡ ਦਾ ਪਾਇਆ, 1/2 ਚਮਚ ਮੈਂ ਲਾਲ ਮਿਰਚ ਪਾਈ ਆ, 1/2 ਚਮਚ ਹੀ ਮੈਂ ਜਿਹੜੀ ਆ ਕਾਲੀ ਮਿਰਚ ਕੁੱਟੀ ਹੋਈ ਪਾਈ ਆ, ਅਤੇ ਇਹਦੇ 'ਚ ਮੈਂ ਜਿਹੜਾ ਆ ਪਿਆਜ਼ ਬਰੀਕ ਬਰੀਕ ਕੱਟ ਕੇ ਪਾ ਦਾਂਗੀ। ਇਹਨੂੰ ਅਸੀਂ ਕੋਈ ਉਬਾਲਾ ਨਹੀਂ ਦਵਾਉਣਾ, ਬਸ ਇਸ ਤਰ੍ਹਾਂ ਹੀ ਜਿਹੜੀ ਆ ਕਿ ਇਹ ਟੇਸਟੀ ਲੱਗਦੀ ਹੈ, ਤੁਸੀਂ ਚਨਿਆਂ ਦੇ ਵਿੱਚ ਪਾ ਕੇ ਖਾਓ। ਇਹਨੂੰ ਸਾਰੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ, ਅਤੇ ਲਓ ਜੀ ਇਹ ਜਿਹੜੀ ਹੈ ਚਟਨੀ ਇਮਲੀ ਵਾਲੀ ਜਿਹੜੀ ਆ ਉਹ ਮੈਂ ਤਿਆਰ ਕਰ ਲਈ ਆ, ਸਾਡੀ ਤਿਆਰ ਹੋ ਗਈ ਆ। ਪਹਿਲੇ ਮੈਂ ਇੱਕ ਸਾਈਡ 'ਤੇ ਛੋਲੇ ਰੱਖ ਲਿਆ, ਹੁਣ ਮੇਰੀ ਚਟਨੀ ਤਿਆਰ ਹੋ ਗਈ ਆ, ਹੁਣ ਅਸੀਂ ਬਣਾਵਾਂਗੇ ਕੜਾਹ। ਅਤੇ ਕੜਾਹ ਤੁਹਾਨੂੰ ਪਤਾ ਬੱਚੇ ਆਟੇ ਦਾ ਪਸੰਦ ਕਰਦੇ ਆ, ਇਹ ਮੈਂ 1 ਕੌਲੀ ਜਿਹੜੀ ਆ ਖੰਡ ਦੀ ਲਈ ਆ, ਥੋੜ੍ਹੀ ਘੱਟ ਲਈ ਆ ਮੈਂ ਵੈਸੇ, ਤਾਂ 3 ਘਿਓ ਖੰਡ ਅਤੇ ਆਟਾ ਬਰਾਬਰ ਹੁੰਦਾ ਆ, ਪਰ ਮੈਂ ਥੋੜ੍ਹਾ ਥੋੜ੍ਹਾ ਘੱਟ ਲਿਆ ਖੰਡ ਅਤੇ ਘਿਓ, ਮੈਂ ਥੋੜ੍ਹਾ 1.5 ਕੌਲੀ ਲਈ ਆ, ਅਤੇ ਨਾਲ ਮੈਂ 1 ਕੌਲੀ ਆਟੇ ਦੀ ਅਤੇ 1/2 ਕੌਲੀ ਮੈਂ ਨਾਰੀਅਲ ਦਾ ਬੂਰਾ ਲਿਆ ਆ, ਅਤੇ ਉਹਦੇ ਨਾਲ ਬੜਾ ਟੇਸਟੀ ਬਣਦਾ ਆ।
ਤੇ ਨਾਲ ਪਾਣੀ ਜਿਹੜਾ ਤੁਹਾਨੂੰ ਪਤਾ ਕਿ ਆਟੇ ਦੇ ਕੇ ਜਿਹੜਾ ਹੁੰਦਾ ਹੈ ਉਹਦੇ 'ਚ ਡਬਲ ਪਾਣੀ ਪੈਂਦਾ ਆ, ਜਦ ਕਿ ਇੱਕ ਕੌਲੀ ਆਟੇ ਦੀ ਆ ਅਤੇ ਦੋ ਕੌਲੀਆਂ ਜਿਹੜੀਆਂ ਪਾਣੀ ਦੀਆਂ ਪਾਵਾਂਗੇ। ਜੇ ਅਸੀਂ ਰਵੇ ਦਾ ਸੂਜੀ ਦਾ ਕੜਾਹ ਬਣਾਉਂਦੇ ਉਹਦੇ 'ਚ ਚਾਰ ਕੌਲੀਆਂ, ਯਾਨੀ ਕਿ ਇੱਕ ਕੌਲੀ ਸੂਜੀ ਦੀ ਅਤੇ ਚਾਰ ਕੌਲੀਆਂ ਪਾਣੀ ਦੀਆਂ ਪੈਂਦੀਆਂ। ਅਤੇ ਸੋ ਇਹ ਖੰਡ ਵੀ ਜਿਹੜੀ ਆ ਥੋੜ੍ਹੀ ਮੈਂ ਘੱਟ ਲਈ ਆ। ਅਤੇ ਸਭ ਤੋਂ ਪਹਿਲਾਂ ਅਸੀਂ ਕੜਾਹੀ ਰੱਖ ਲਈ ਆ, ਇਹਦੇ 'ਚ ਅਸੀਂ ਕਰਾਂਗੇ ਘਿਓ ਐਡ। ਇਹ ਦੇਸੀ ਘਿਓ ਲਿਆ ਅਸੀਂ ਕਿਉਂਕਿ ਜਿਹੜਾ ਕੜਾਹ ਪ੍ਰਸ਼ਾਦਾ ਕੜਾਹ ਮੈਂ ਇਹਨੂੰ ਕਹਿ ਸਕਦੀ ਜਿਹੜਾ ਆਪਾਂ ਘਰੇ ਬਣਾਉਂਦੇ ਹਾਂ ਕੜਾਹ ਦੇ ਵਿੱਚ ਜਿਹੜਾ ਦੇਸੀ ਘਿਓ 'ਚ ਹੀ ਬਣੇ ਅਤੇ ਸਵਾਦ ਲੱਗਦਾ। ਹੁਣ ਮੈਂ ਆਟਾ ਐਡ ਕਰਤਾ ਇਹਨੂੰ, ਆਟੇ ਨੂੰ ਅਸੀਂ ਜਿਹੜਾ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਇਹ ਜਦੋਂ ਤੱਕ ਇਹ 'ਚੋਂ ਫਰੈਗਨੈਂਸ ਨਹੀਂ ਆਉਂਦੀ ਅਤੇ ਇਹਦਾ ਕਲਰ ਚੇਂਜ ਨਹੀਂ ਹੁੰਦਾ, ਬਰਾਊਨ ਸ਼ੇਡ ਨਹੀਂ ਹੁੰਦਾ, ਉਨੀ ਦੇਰ ਤੱਕ ਅਸੀਂ ਇਹਨੂੰ ਭੁੰਨਦੇ ਰਵਾਂਗੇ। ਅਤੇ ਵਿੱਚ ਵਿੱਚ ਜਿਹੜਾ ਇਹਨੂੰ ਧਿਆਨ ਰੱਖਣਾ ਕਿ ਇਹ ਥੱਲੇ ਨਾ ਲੱਗ ਜਾਏ, ਬਸ ਇਹਨੂੰ ਹਿਲਾਉਂਦੇ ਰਹੋ, ਥੱਲੇ ਨਹੀਂ ਲੱਗਣਾ ਚਾਹੀਦਾ, ਜੇ ਥੱਲੇ ਲੱਗਿਆ ਤਾਂ ਕੜਾਹ ਸਾਡਾ ਠੀਕ ਨਹੀਂ ਬਣੇਗਾ। ਥੋੜ੍ਹੀ ਦੇਰ ਤੋਂ ਇਹਨੂੰ ਫੁੱਲ ਫਲੇਮ 'ਤੇ ਰੱਖ ਲਓ, ਫਿਰ ਥੋੜ੍ਹਾ ਸਿਮ ਕਰ ਲਓ ਅਤੇ ਪਰ ਇਹਨੂੰ ਵਿੱਚ ਹਿਲਾਉਂਦੇ ਰਹੋ ਬਸ। ਅਤੇ ਬਹੁਤ ਟੇਸਟੀ ਬਣਦਾ ਹੈ ਜਿਹੜਾ ਨਾਰੀਅਲ ਵਾਲਾ ਕੜਾਹ। ਮੈਂ ਸਾਰੀਆਂ ਚੀਜ਼ਾਂ ਵੇਖ ਲਓ ਨਾਲ ਨਾਲ ਹੀ ਬਣਾ ਲਈਆਂ, ਪਹਿਲਾਂ ਮੈਂ ਚਨੇ ਰੱਖ ਲਏ, ਫਿਰ ਮੈਂ ਇਮਲੀ ਦੀ ਚਟਨੀ ਬਣਾ ਲਈ, ਹੁਣ ਮੈਂ ਜਿਹੜਾ ਆ ਕੜਾਹ ਬਣਾਉਂਦੀ ਪਈ ਹਾਂ ਕਿਉਂਕਿ ਸਵੇਰੇ ਸਵੇਰੇ ਸਾਰੀਆਂ ਚੀਜ਼ਾਂ ਜਿਹੜਾ ਬ੍ਰੇਕਫਾਸਟ ਆ ਥੋੜ੍ਹਾ ਚੰਗਾ ਵੀ ਲੱਗਦਾ ਏ, ਸਵਾਦ ਵੀ ਲੱਗਦਾ, ਚਲੋ ਬੱਚਿਆਂ ਨੂੰ ਤਾਂ ਲੱਗਦਾ ਬਾਕੀਆਂ ਨੂੰ ਵੀ ਸਾਰਿਆਂ ਨੂੰ ਲੱਗਦਾ। ਅਤੇ ਤੁਸੀਂ ਦੇਖ ਸਕਦੇ ਜੇ ਕਿ ਆਟਾ ਸਾਡਾ ਜਿਹੜਾ ਸਾਰਾ ਭੁੱਜ ਗਿਆ ਆ। ਗੈਸ ਮੈਂ ਸਿਮ 'ਤੇ ਕੀਤੀ ਹੋਈ ਆ ਅਤੇ ਕਲਰ ਤੁਸੀਂ ਦੇਖ ਸਕਦੇ ਤਾਂ ਬਿਲਕੁਲ ਚੇਂਜ ਹੋ ਗਿਆ, ਬੜੀ ਅੱਛੀ ਜਿਹੜੀ ਇਹਦੀ ਫ੍ਰੈਗਨੈਂਸ ਆ ਰਹੀ ਆ। ਹੁਣ ਇਹਦੇ ਵਿੱਚ ਅਸੀਂ ਜਿਹੜੀ ਆ ਚੀਨੀ ਰੱਖੀ ਹੋਈ ਸੀ ਉਹ ਐਡ ਕਰ ਦਾਂਗੇ। ਚੀਨੀ ਨੂੰ ਥੋੜ੍ਹਾ ਜਿਹਾ ਪਕਾ ਲਾਂਗੇ, ਥੋੜ੍ਹੀ ਜਿਹੀ ਮੈਲਟ ਹੋ ਜਾਏ। ਚੀਨੀ ਦੇ ਨਾਲ ਹੀ ਅਸੀਂ ਹੁਣ ਨਾਰੀਅਲ ਦਾ ਬੂਰਾ ਪਾ ਦਿੱਤਾ। ਡਰਾਈ ਫਰੂਟਸ ਵਗੈਰਾ ਵੀ ਪਾ ਸਕਦੇ ਜੇ, ਪਰ ਮੈਂ ਗਰਮੀ ਕਰਕੇ ਉਹ ਨਹੀਂ ਪਾਏ ਜਿਹੜਾ ਨਾਰੀਅਲ ਦਾ ਬੂਰਾ ਪਾਦਾ, ਕਿਉਂਕਿ ਫਿਰ ਬਹੁਤ ਜ਼ਿਆਦਾ ਗਰਮ ਚੀਜ਼ਾਂ ਹੋ ਜਾਂਦੀਆਂ, ਨਾਰੀਅਲ ਦਾ ਬੂਰਾ ਵੀ ਤੁਹਾਨੂੰ ਪਤਾ ਗਰਮ ਹੀ ਹੁੰਦਾ। ਸੋ ਇਹਦੇ 'ਚ ਮੈਂ ਜਿਹੜਾ ਨਾਰੀਅਲ ਦਾ ਬੂਰਾ ਹੀ ਪਾਇਆ। ਹੁਣ ਅਸੀਂ ਪਾਣੀ ਐਡ ਕਰ ਦਾਂਗੇ, ਦੋ ਕੌਲੀਆਂ, ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਜਾਵਾਂਗੇ ਕਿ ਇਹਦੇ 'ਚ ਜਿਹੜੀਆਂ ਗੰਢਾਂ ਨਾ ਬਣਨ। ਜਦੋਂ ਇਹ ਬਣ ਗਿਆ ਨੇ ਆਪਣੇ ਆਪ ਹੀ ਜਿਹੜਾ ਹੈ ਕੜਾਹੀ ਨੂੰ ਛੱਡ ਦੇਣਾ, ਸਾਈਡਾਂ ਛੱਡ ਜਾਣੀਆਂ ਨੇ, ਸਾਰਾ ਇੱਕ ਜਗ੍ਹਾ 'ਤੇ ਇਕੱਠਾ ਹੋ ਜਾਣਾ। ਤੁਸੀਂ ਦੇਖ ਸਕਦੇ ਜੇ ਕੀ ਹੁੰਦਾ ਪਿਆ ਆ। ਲਓ ਜੀ ਕੜਾਹ ਵੀ ਹੋ ਗਿਆ ਰੈਡੀ, ਤੁਸੀਂ ਦੇਖ ਸਕਦੇ ਜੀ ਬਿਲਕੁਲ ਇਕੱਠਾ ਹੋ ਗਿਆ ਸਾਰਾ ਸੈਂਟਰ ਦੇ ਵਿੱਚ। ਕੜਾਹ ਵੀ ਗਿਆ ਬਣ, ਹੁਣ ਅਸੀਂ ਗੈਸ ਬੰਦ ਕਰ ਦਾਂਗੇ ਤੇ ਇੱਕ ਬੋਲ 'ਚ ਮੈਂ ਕੱਢ ਦਿੰਦੀ ਇਹਨੂੰ। ਇੱਧਰ ਮੈਂ ਸੈਲਡ ਬਣਾਉਣ ਲੱਗੀ ਹਾਂ ਜੀ ਪਿਆਜ਼ ਦਾ, ਅਤੇ ਇਹ ਅਸੀਂ ਰਿੰਗ ਦੇ ਵਿੱਚ ਲੈ ਲਏ, ਰਿੰਗ ਬਣਾ ਲਏ ਇਹਦੇ ਪਿਆਜ਼ ਦੇ ਸਾਰੇ, ਅਤੇ ਅਸੀਂ ਰਿੰਗ ਇਸ ਤਰ੍ਹਾਂ ਕੱਟ ਲਾਂਗੇ। ਅਤੇ ਇਹ ਵੀ ਜਿਹੜਾ ਸੈਲਡ ਆ ਜਿਹੜਾ ਛੋਲੇ ਪੂੜੀਆਂ ਨਾਲ ਬਹੁਤ ਟੇਸਟੀ ਲੱਗਦਾ ਆ। ਤੁਸੀਂ ਦੇਖ ਸਕਦੇ ਸਾਰੇ ਰਿੰਗ ਤਿਆਰ ਕਰ ਲਿਆ, ਇਹਦੇ ਵਿੱਚ ਹੁਣ ਮੈਂ ਥੋੜ੍ਹੀ ਜਿਹੀ ਲਾਲ ਮਿਰਚ ਪਾਵਾਂਗੀ। ਇਹਦੇ 'ਚ ਥੋੜ੍ਹਾ ਜਿਹਾ ਨਮਕ ਪਾਇਆ ਮੈਂ ਨਾਲ, ਇਹਨੂੰ ਸਾਰੇ ਨੂੰ ਹੱਥਾਂ 'ਚ ਹੱਥਾਂ ਨਾਲ ਮਿਕਸ ਕਰਕੇ, ਅਤੇ ਆਪਾਂ ਇਹਦੇ ਵਿੱਚ
बॉल च कढ़ लिया। हुण इहनूं सैलड भी तैयार हो गया। बस इहदे विच लूण ते मिर्च पाए आ ते हरी मिर्च दे नाल इहनूं डेकोरेट करता। इधर आटा जिहड़ा पूरियां दा जिहड़ा जिस तरह असीं फुलके बनाउण लई बनाउंदे आ गुंनदे आ ਉਹੀ ਸੇਮ ਆਟਾ ਆ ਅਤੇ ਆਟੇ ਤੋਂ ਪੂੜੀਆਂ ਬਣਾਉਂਦੇ ਅਤੇ ਆਟੇ ਤੋਂ ਪੂੜੀ ਜਿਹੜੀ ਆ ਹਲਕੀ ਹੁੰਦੀ ਆ ਅਤੇ ਮੈਦੇ ਦੀ ਪੂੜੀ ਜਿਹੜੀ ਹੁੰਦੀ ਆ ਉਹ ਜਲਦੀ ਡਾਈਜੈਸਟ ਨਹੀਂ ਹੁੰਦੀ। ਸੋ ਹਮੇਸ਼ਾ ਅਸੀਂ ਜ਼ਿਆਦਾ ਪ੍ਰੈਫਰ ਕਰਦੇ ਹਾਂ ਕਿ ਆਟੇ ਦੀ ਹੀ ਪੂੜੀ ਬਣੇ। ਅਤੇ ਬਸ ਸ਼ਾਇਦ ਸਾਡੇ ਗੈਸਟ ਵੀ ਹੁਣ ਥੋੜ੍ਹੀ ਦੇਰ ਤੱਕ ਪਹੁੰਚਣ ਵਾਲੇ ਆ। ਇਹ ਅਸੀਂ ਛੋਲੇ ਇੱਕ ਵਾਰੀ ਚੈੱਕ ਕਰਕੇ ਦੇਖ ਲੈਂਦੇ ਹਾਂ ਕਿਵੇਂ ਬਣੇ ਆ ਜਾਂ ਨਹੀਂ। ਕਲਰ ਤਾਂ ਦੇਖਣ ਨੂੰ ਬਹੁਤ ਵਧੀਆ ਲੱਗਦਾ ਪਿਆ। ਤੁਹਾਨੂੰ ਮੈਂ ਪਹਿਲੇ ਵੀ ਇੱਕ ਦੋ ਵਾਰੀ ਦੱਸ ਚੁੱਕੀ ਕਿ ਇੱਕ ਵੀ ਡਰੋਪ ਜਿਹੜਾ ਮੈਂ ਤੇਲ ਦਾ ਨਹੀਂ ਪਾਇਆ, ਆਇਲ ਦਾ ਨਹੀਂ ਪਾਇਆ ਜਾਂ ਘਿਓ ਦਾ ਨਹੀਂ ਪਾਇਆ। ਸੋ ਛੋਲੇ ਜਿਹੜੇ ਗਲ ਗਏ ਆ ਸਾਡੇ, ਇਹਦੇ 'ਚ ਮੈਂ ਹੁਣ ਜਿਹੜਾ ਆ ਚਨਾ ਮਸਾਲਾ ਐਡ ਕਰਾਂਗੀ। 3 ਚਮਚ ਮੈਂ ਇਹਦੇ 'ਚ ਚਨਾ ਮਸਾਲਾ ਪਾਇਆ ਕਿਉਂਕਿ ਕਾਫੀ ਜਿਹੜੇ ਚਨੇ ਵੀ ਸਾਡੇ ਕੋਲ ਕਾਫੀ ਜ਼ਿਆਦਾ ਸੀ। ਅਤੇ ਗੈਸ ਅਸੀਂ ਔਨ ਕੀਤੀ ਆ ਅਤੇ ਕੜਛੀ ਦੇ ਨਾਲ ਥੋੜ੍ਹੇ ਜਿਹੇ ਆਪਾਂ ਜਿਹੜੇ ਚਨੇ ਉਹ ਵਿੱਚ ਮਸਲ ਦਾਂਗੇ, ਫੇਂਦਾਂਗੇ ਥੋੜ੍ਹੇ ਜਿਹੇ। ਉਹਦੇ ਨਾਲ ਇਹ ਕਿ ਗ੍ਰੇਵੀ ਜਿਹੜੀ ਹੋਰ ਵੀ ਥਿੱਕ ਹੋ ਜਾਂਦੀ ਆ, ਵਧੀਆ ਲੱਗਦੇ ਆ। ਅਤੇ ਜੇ ਤੁਸੀਂ ਗ੍ਰੇਵੀ ਥਿੱਕ ਨਹੀਂ ਲਾਈਕ ਕਰਦੇ ਤੁਸੀਂ ਇਹ 'ਚ ਜਿਹੜਾ ਪਾਣੀ ਗਰਮ ਪਾ ਕੇ ਪਾ ਸਕਦੇ ਜੇ, ਠੰਡਾ ਪਾਣੀ ਨਾ ਪਾਓ। ਠੰਡੇ ਪਾਣੀ ਪਾਇਆ ਤਾਂ ਉਹਦੇ ਨਾਲ ਜਿਹੜੇ ਛੋਲੇ ਅਲੱਗ ਹੋ ਜਾਣੇ ਆ ਅਤੇ ਜਿਹੜਾ ਪਾਣੀ ਅਲੱਗ ਤਰਦਾ ਫਿਰਨਾ ਆ। ਸੋ ਜੇ ਜਦੋਂ ਵੀ ਕੋਈ ਸਬਜ਼ੀ 'ਚ ਪਾਣੀ ਦੀ ਲੋੜ ਹੋਵੇ ਤਾਂ ਉਹਨੂੰ ਗਰਮ ਕਰਕੇ ਪਾਓ। ਅਤੇ ਇਹ ਮੈਂ ਚਨੇ ਕਾਫੀ ਫੇਲੇ ਵਿੱਚ, ਤੁਸੀਂ ਦੇਖ ਸਕਦੇ ਜੇ ਕਿ ਗ੍ਰੇਵੀ ਜਿਹੜੀ ਆ ਚਨਿਆਂ ਦੀ ਕਾਫੀ ਥਿੱਕ ਹੋ ਗਈ ਆ। ਅਤੇ ਇਹ ਹੁਣ ਚਨੇ ਵੀ ਸਾਡੇ ਰੈਡੀ ਹੋ ਗਏ ਆ ਜੀ, ਕੜਾਹ ਵੀ ਬਣ ਗਿਆ ਆ, ਸੈਲਡ ਵੀ ਬਣ ਗਿਆ ਅਤੇ ਚਟਨੀ ਵੀ ਬਣ ਗਈ ਆ। ਬਸ ਅਸੀਂ ਹੁਣ ਪੂਰੀਆਂ ਹੀ ਬਣਾਵਾਂਗੇ, ਉਹ ਵੀ ਜਦੋਂ ਆਉਣਗੇ। ਲਓ ਜੀ ਗੈਸਟ ਸਾਡੇ ਆ ਗਏ ਨੇ, ਦੇਖਦੇ ਹਾਂ ਇਹ ਕੈਮਰੇ ਅੱਗੇ ਆਉਂਦੇ ਕਿ ਨਹੀਂ ਆਉਂਦੇ। ਅਤੇ ਉੱਧਰੋਂ ਅਸੀਂ ਬ੍ਰੇਕਫਾਸਟ ਤੁਹਾਨੂੰ ਪਤਾ ਅੱਗੇ ਅਸੀਂ ਰੈਡੀ ਕਰ ਲਿਆ, ਬਸ ਪੂੜੀਆਂ ਤਲਣੀਆਂ। ਲਓ ਜੀ ਇਹ ਮੇਰਾ ਬ੍ਰਦਰ ਆ ਛੋਟਾ, ਇਹ ਪਾਪੀ ਆ, ਭਤੀਜਾ ਛੋਟਾ 5 ਸਾਲ ਦਾ। ਇਹ ਬੱਚਾ ਹੈ ਜੀ ਜਿਹਦੀ ਡਿਮਾਂਡ ਸੀ ਕਿ ਅੱਜ ਪੂਜੀ ਛੋਲੇ ਪੂਰੀਆਂ ਖਾਣੇ, ਮੈਂ ਛੋਲੇ ਪੂਰੀਆਂ ਬਣਾਏ ਹੋ ਅਤੇ ਇਹਨੂੰ ਬਹੁਤ ਪਸੰਦ ਆ। ਹੁਣ ਵੇਖੋ ਥੋੜ੍ਹਾ ਜਿਹਾ ਪਖੰਡ ਕਰਦਾ ਪਿਆ, ਹੁਣ ਸ਼ਰਮ ਬੜੀ ਆਉਂਦੀ ਇਹਨੂੰ ਇੱਕ। ਲਓ ਜੀ ਅਸੀਂ ਤੇਲ ਗਰਮ ਕਰ ਲਿਆ, ਅਸੀਂ ਪੂੜੀਆਂ ਬਣਾਉਂਦੇ ਹਾਂ। ਲਓ ਜੀ ਆਟੇ ਦੀ ਪੂਰੀ ਜਿਹੜੀ ਫੁੱਲੀ ਫੁੱਲੀ ਦੇਖ ਸਕਦੇ ਜੇ ਤੁਸੀਂ, ਇਹ ਅਸੀਂ ਹੁਣ ਨਾਲ ਨਾਲ ਗਰਮ ਗਰਮ ਹੀ ਸਰਵ ਕਰਾਂਗੇ। ਲਓ ਜੀ ਅਸੀਂ ਜਿਹੜਾ ਡਾਇਨਿੰਗ ਟੇਬਲ ਜਿਹੜਾ ਰੈਡੀ ਕਰਤਾ ਆ, ਬ੍ਰੇਕਫਾਸਟ ਅਸੀਂ ਲਾਤਾ ਆ, ਹੁਣ ਬਸ ਖਾਣ ਵਾਲੇ ਬੈਠਣਗੇ। ਲਓ ਜੀ ਹੁਣ ਅਸੀਂ ਇਹਨੂੰ ਪੁੱਛਦੇ ਹਾਂ ਵੀ ਕਿਸ ਤਰ੍ਹਾਂ ਦੇ ਲੱਗੇ। ਮੈਂ ਇਹਨੂੰ ਪੁੱਛਦੀ ਪਈ ਜੰਮੀ ਅਤੇ ਸਿਰ ਮਾਰਦਾ ਪਿਆ ਅਤੇ ਨਾਲ ਇਸ਼ਾਰਾ ਕਰਦਾ ਪਿਆ ਕਿ ਜੰਮੀ। ਲਓ ਜੀ ਤੁਸੀਂ ਵੀ ਸਾਰੇ ਇੰਜੋਏ ਕਰੋ ਬ੍ਰੇਕਫਾਸਟ। ਇਹ ਛੋਟੇ ਸਰਦਾਰ ਜੀ ਲਈ ਅੱਜ ਸਾਰਾ ਕੁਛ ਬਣਿਆ ਆ। ਇਹਦੇ ਜਦੋਂ ਵੀ ਕਦੀ ਇਹਨੂੰ ਪੁੱਛੋ ਵੀ ਤੂੰ ਕੀ ਖਾਣਾ ਤਾਂ ਇਹਨੇ ਇਹੀ ਕਹਿਣਾ ਹੁੰਦਾ ਕਿ ਮੈਨੂੰ ਛੋਲੇ ਪੂਰੀਆਂ ਬਣਾ ਦਿਉ। ਬਸ ਰਾਤ ਹੋਵੇ ਦੇਖੋ ਤੁਸੀਂ ਇਹਦਾ ਇਸ਼ਾਰਾ।